ਇੱਕ ਬੇਹੱਦ ਹੀ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਤਾਏ ਦੇ ਵੱਲੋਂ ਹੀ ਆਪਣੀ ਨਾਬਾਲਗ ਭਤੀਜੀ ਨੂੰ ਹਵਸ ਦਾ ਸ਼ਿਕਾਰ ਬਣਾਇਆ ਗਿਆ। ਖੇਤਾਂ ਦੇ ਵਿੱਚ ਲੱਕੜਾਂ ਚੁਗਣ ਦੇ ਬਹਾਨੇ ਤਾਇਆ ਆਪਣੀ ਭਤੀਜੀ ਨੂੰ ਨਾਲ ਲੈ ਗਿਆ ਤੇ ਫਿਰ ਉੱਥੇ ਜਾ ਕੇ ਉਸ ਦੇ ਨਾਲ ਗੰਦੀ ਹਰਕਤ ਕੀਤੀ ਗਈ। ਹੈਰਾਨੀ ਵਾਲੀ ਗੱਲ ਇਹ ਰਹੀ ਕਿ ਇਹ ਸਭ ਕੁਝ ਕਰਨ ਤੋਂ ਬਾਅਦ ਤਾਏ ਨੇ ਉਸ ਲੜਕੀ ਦੇ ਹੱਥ ਪੈਰ ਬੰਨ ਦਿੱਤੇ ਅਤੇ ਖੇਤਾਂ ਦੇ ਵਿੱਚ ਹੀ ਛੱਡ ਕੇ ਉਸਨੂੰ ਫਰਾਰ ਹੋ ਗਿਆ। ਤਾਂ ਜਦੋਂ ਰਾਹਗੀਰ ਮੌਕੇ ਤੋਂ ਨਿਕਲ ਰਹੇ ਸੀ ਤਾਂ ਲੜਕੀ ਦੇ ਰੋਣ ਦੀ ਆਵਾਜ਼ ਸੁਣੀ, ਤਾਂ ਉਸ ਤੋਂ ਬਾਅਦ ਉਹਨਾਂ ਨੇ ਲੜਕੀ ਨੂੰ ਚੁੱਕ ਕੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਅਤੇ ਫਿਰ ਉਹਨਾਂ ਦੇ ਮਾਪਿਆਂ ਨੂੰ ਸੂਚਿਤ ਕੀਤਾ ਗਿਆ। ਤਾਂ ਲੜਕੀ ਦੇ ਵੱਲੋਂ ਜੋ ਦੱਸਿਆ ਗਿਆ ਉਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਜੋ ਤਾਇਆ ਉਹ ਲੱਕੜਾਂ ਚੁਗਣ ਦੇ ਬਹਾਨੇ ਆਪਣੇ ਨਾਲ ਖੇਤਾਂ ਦੇ ਵਿੱਚ ਲੈ ਕੇ ਗਿਆ ਅਤੇ ਉੱਥੇ ਜਾ ਕੇ ਉਸਨੇ ਗਲਤ ਹਰਕਤ ਕੀਤੀ ਅਤੇ ਫਿਲਹਾਲ ਪੁਲਿਸ ਦੇ ਵੱਲੋਂ ਇਸ ਨੂੰ ਲੈ ਕੇ ਮਾਮਲਾ ਦਰਜ ਕਰ ਲਿਆ ਗਿਆ। ਤਾਂ ਮਲੇਰਕੋਟ ਤੋਂ ਇਹ ਖਬਰ ਸਾਹਮਣੇ ਆਈ ਹੈ। ਤਾਂ ਦੱਸ ਦਈਏ ਕਿ ਮਲੇਰਕੋਟਲਾ ਦੇ ਵਿੱਚ ਇੱਕ ਹੋਰ ਦੂਸਰਾ ਮਾਮਲਾ ਸਾਹਮਣੇ ਆਇਆ ਹੈ ਜਬਰ ਜਨਾਹ ਦਾ, ਜਿੱਥੇ ਕਿ ਸਕੂਲੀ ਵਿਦਿਆਰਥੀਆਂ ਦੇ ਵੱਲੋਂ ਇੱਕ ਵਿਦਿਆਰਥਣ ਦੀ ਪਹਿਲਾਂ ਤਾਂ ਅਸ਼ਲੀਲ ਵੀਡੀਓ ਬਣਾਈ ਗਈ ਅਤੇ ਫਿਰ ਉਸਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ ਹੈ। ਤਾਂ ਦੱਸ ਦਈਏ ਕਿ ਦੋ ਵੱਖ ਵੱਖ ਮਾਮਲਿਆਂ ਨੂੰ ਲੈ ਕੇ ਪੁਲਿਸ ਦੇ ਵੱਲੋਂ ਮਾਮਲੇ ਦਰਜ ਕਰ ਲਏ ਗਏ ਨੇ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਤਾਂ ਮਲੇਰਕੋਟਲਾ ਦੇ ਵਿੱਚ ਦੋ ਵੱਖ ਵੱਖ ਜਬਰ ਜਨਾਹ ਦੇ ਮਾਮਲੇ ਸਾਹਮਣੇ ਆਏ ਨੇ। ਹਾਂਜੀ, ਮੇਰੀ ਭੈਣ ਆ ਜੀ, ਉਹਦੀ 16 ਤਰੀਕ ਦੀ 16 ਜੀ 16 ਇਹ ਜੀ ਡੱਕਿਆ ਦੇ ਬਹਾਨੇ ਲੈ ਕੇ ਗਿਆ ਜੀ, ਵੀ ਤੈਨੂੰ ਡੱਕੇ ਚ ਕਾਵਾਂ। ਕੌਣ ਜੀ? ਮੇਰਾ ਤਾਇਆ ਜੀ, 16 ਅੱਗੇ ਜੀ ਕਹਿੰਦਾ ਮੈਂ ਡੱਕੇ ਨੂੰ ਲੈ ਕੇ ਜਾਣਾ ਜੀ, ਤੇ ਗਾਂ ਬਾਹਾਂ ਬੂਹਾਂ ਬੰਨ ਲਿਆ ਜੀ, ਉਹਦਾ ਗਲ ਗੁਲ ਬੰਨ ਲਿਆ ਜੀ। ਕਿੱਥੇ ਬੰਨਿਆ ਜੀ? ਇਹ ਉੱਥੇ ਖੱਤੇ ਚ ਲੈ ਕੇ ਜੀ, ਬਾਹਰ ਬਾਹਰ ਖੱਤੇ ਚ ਜੀ। ਸਾਨੂੰ ਫਿਰ ਬਾਅਦ ਚ ਪਤਾ ਲੱਗਿਆ ਵੀ ਸਾਡੇ ਘਰ ਦੇ ਬੰਦਾ ਪਤਾ ਲੱਗਿਆ ਸਾਨੂੰ। ਮੈਨੂੰ ਪੂਰਾ ਵਿਸ਼ਵਾਸ ਸੀਗਾ, ਮੈਨੂੰ ਕਹਿੰਦਾ ਰਿਹਾ ਨਾ ਵੀ ਤੁਹਾਡੀਆਂ ਗੁੱਡੀਆਂ ਵੱਲ ਆਪ ਧਿਆਨ ਕਰ ਰਹੀ, ਆਪਦੇ ਮੇਰੀਆਂ ਗੁੱਡੀਆਂ ਨਾਲ ਮਾੜਾ ਕੰਮ ਕਰਿਆ ਜੀ। ਦੇਖੋ ਜੀ, ਮੈਂ ਉਹਨੂੰ ਬੁਰਾ ਬਹੁਤ ਬਣਾਉਣਾ, ਬਹੁਤ ਗਲਤ ਕੰਮ ਕਰਿਆ ਮੇਰੇ। ਇਹ ਸਾਡੇ ਅਮਰਗੜ੍ਹ ਥਾਣੇ ਦੇ ਅੰਦਰ ਜਿਹੜੇ ਪਿਛਲੇ ਦਿਨ ਦੋ ਜਿਹੜੇ ਮਾਮਲੇ ਰਿਪੋਰਟ ਹੋਏ ਨੇ, ਇਹਦੇ ਵਿੱਚ ਇੱਕ ਤਾਂ ਅਮਰਗੜ੍ਹ ਤੋਂ ਹੀ ਨਾਬਾਲਗ ਲੜਕੀ 13 ਸਾਲ ਦੀ ਉਮਰ ਦੀ, ਉਹਦੇ ਜਿਹੜੇ ਕਲਾਸ ਫੈਲੋ ਅਤੇ ਇੱਕ ਉਹਦਾ ਦੋਸਤ ਸੀਗਾ ਜਿਹੜਾ, ਉਹਨਾਂ ਨੇ ਉਹਨੂੰ ਕਿਸੇ ਬਹਾਨੇ ਆਪਣੇ ਘਰ ਬੁਲਾ ਕੇ ਅਤੇ ਉਹਦੀ ਜਿਹੜੀ ਅਸ਼ਲੀਲ ਵੀਡੀਓ ਬਣਾ ਲਈ ਆ ਅਤੇ ਉਹਨੂੰ ਡਰਾਉਂਦੇ ਧਮਕਾਉਂਦੇ ਰਹੇ ਅਤੇ ਬਾਅਦ ਦੇ ਵਿੱਚ ਉਹ ਵੀਡੀਓ ਜਿਹੜੀ ਆ ਉਹਨਾਂ ਨੇ ਵਾਇਰਲ ਕਰਤੀ ਆ, ਜਿਹਦੇ ਸੰਬੰਧ 'ਚ ਅਸੀਂ ਮੁਕੱਦਮਾ ਦਰਜ ਕਰਕੇ ਅੰਡਰ ਸੈਕਸ਼ਨ 65-1-3-5 BNS ਅਤੇ ਪੋਕਸੋ ਦੇ ਤਹਿਤ ਇਹ ਜਿਹੜੇ ਦੋਨੇ ਆ ਜਿਹੜੇ ਅਕਿਊਜ਼ਡ ਆ ਉਹ ਵੀ ਜਿਹੜੇ ਜੁਵਨਾਈਲ ਨੇ, ਉਹਨਾਂ ਨੂੰ ਅਸੀਂ ਪ੍ਰੋਪਰ ਤਰੀਕੇ ਨਾਲ ਜੋ ਵੀ ਅਸੀਂ ਉਹਨਾਂ ਦੀ ਕਾਰਵਾਈ ਸੀ ਕਰਕੇ ਉਹਨਾਂ ਨੂੰ ਜਿਹੜਾ ਓਬਜ਼ਰਵੇਸ਼ਨ ਹੋਮ ਭੇਜ ਦਿੱਤਾ ਹੈ ਅਤੇ ਲੜਕੀ ਦਾ ਜਿਹੜਾ ਮੈਡੀਕਲ ਕਰਵਾ ਕੇ ਅਸੀਂ ਅਗਲੀ ਇਨਵੈਸਟੀਗੇਸ਼ਨ ਕਰ ਰਹੇ ਹਾਂ। ਜਿਹੜਾ ਦੂਸਰਾ ਮਸਲਾ ਹੈਗਾ, ਇਹ ਪਿੰਡ ਮੜਕੀ ਆ ਜਿਹਦੀ ਉਮਰ ਕਰੀਬ 16 ਸਾਲ ਆ, ਸੋ ਇਹ ਜਿਹੜੀ ਰਿਪੋਰਟ ਆਈ ਸੀ ਉਹ ਸਾਨੂੰ ਦੱਸਿਆ ਗਿਆ ਸੀ ਵੀ ਇਹਦੇ ਤਾਏ ਨੇ ਹੀ ਇਹਨੂੰ ਜਿਹੜਾ ਪਹਿਲਾ ਫਸਾ ਕੇ ਖੇਤਾਂ ਦੇ ਵਿੱਚ ਲੈ ਗਿਆ ਅਤੇ ਉੱਥੇ ਜਾ ਕੇ ਇਹਦੇ ਨਾਲ ਗਲਤ ਕੰਮ ਕੀਤਾ, ਜਿਹਦੇ ਸੰਬੰਧ 'ਚ ਵੀ ਅਸੀਂ ਮੁਕੱਦਮਾ ਦਰਜ ਕੀਤਾ 110 No. FIR 64 BNS ਅਤੇ ਪੋਕਸੋ, ਅਤੇ ਜਿਹਦੀ ਗ੍ਰਿਫਤਾਰੀ ਅਜੇ ਅਸੀਂ ਕਰਨ ਲਈ ਟੀਮਾਂ ਭੇਜੀਆਂ ਹੋਈਆਂ ਨੇ। ਲੜਕੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਔਰ ਇਨਵੈਸਟੀਗੇਸ਼ਨ ਕਰਕੇ ਇਹਨਾਂ ਨੂੰ ਜਿਹੜਾ ਕੋਰਟ 'ਚ ਪੇਸ਼ ਕੀਤਾ ਜਾਊਗਾ ਅਤੇ ਬਣਦੀ ਸਜ਼ਾ ਦਵਾਈ ਜਾਊਗੀ।